ਅਸਲਾਮੁਅਲੈਕਮ ਦੋਸਤੋ ਕੀ ਹਾਲ ਹੈ ਤੁਹਾਡਾ ਭਰਾ ਇਜਾਜ਼ ਤਾਰੜ ਤੇ ਤੁਸੀਂ ਵੀਰੇ ਦੇ ਤਾਰੜ ਕਾਲ ਕੀਤੀ ਅਸੀਂ ਚੀਚਾ ਵਤਨੀ ਸੀ ਤੇ ਸਾਡਾ ਗੱਲ ਕੰਮ ਫਰਜ਼ ਇਹ ਵੇ ਕਿ ਅਸੀਂ ਲਗੇ ਫਿਰਨੇ ਆਪਣੇ ਕੰਮਾਂ ਵਾਸਤੇ ਤੇ ਨਾਲ 2-4-10 ਕਿਲੋਮੀਟਰ ਪਿੰਡਾਂ ਕਰਕੇ ਕੋਈ ਭਰਾ ਸਾਨੂੰ ਬੁਲਾਵੇ ਅਸੀਂ ਰੁਕਾਵਣ ਕਰਨੇ ਆ ਕੋਈ ਪੈਸੇ ਦੀ ਲੋੜ ਹੋਵੇ ਕਿਸੇ ਕੋਈ ਸਪੇਅਰ ਪਾਰਟ ਦੀ ਲੋੜ ਹੋਵੇ ਕਿਸੇ ਤੋਂ ਸ਼ੈ ਮੰਗਵਾਉਣੀ ਹੋਵੇ ਸਾਡਾ ਕੰਮ ਇਹ ਕਿ ਅਸੀਂ ਅਗਲੇ ਦਾ ਭਲਾ ਕਰੀਏ ਇਹ ਭਾਈ ਹਰਾਂ ਨਾਲ ਅਸੀਂ ਮੁਲਾਕਾਤ ਅੱਗੇ ਨਹੀਂ ਹੋਈ ਅੱਜ ਮੁਲਾਕਾਤ ਹੋਈ ਹੈ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਅਸੀਂ ਵਾਅਦਾ ਕਰਨੇ ਆ ਕਿ ਦਾਵਾ ਕਰਨੇ ਆ ਕਿ ਪੂਰਾ ਕਰਨੇ ਆ ਕੀ ਕਰਨੇ ਆ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਭਾਈ ਹਰਾਂ ਨਾਲ ਤੇ ਦੁਆਵਾਂ ਯਾਦ ਸਾਨੂੰ ਜ਼ਰੂਰ ਕਰਿਓ ਇਹਨਾਂ ਦੀ ਅੱਜ ਹੌਸਲਾ ਵਾਲੀ ਸ਼ਾਫਾ ਟੁੱਟ ਗਈ ਸੁਬਾ ਸੁਬਾ ਜਨਾਬ ਦੀਆਂ ਚਾਹ ਨੂੰ ਬਾਈ ਪਾਸ ਹਾਂਜੀ ਆ ਸ਼ਾਫਾ ਟੁੱਟ ਗਈ ਕਿਹੜਾ ਇਲਾਕਾ ਭਾਈ ਆਪਣਾ ਪਟਿਆਲਾ ਪਟਿਆਲਾ ਜੀ अच्छा ਤੁਸੀਂ ਅੱਜ 10 ਦਿਨ ਪਹਿਲੇ ਫੋਨ ਕੀਤਾ ਸੀ ਮੇਰੇ ਟਾਇਰ ਵਾਸਤੇ ਤੁਹਾਨੂੰ ਅਸੀਂ ਕਿਵੇਂ ਦਾ ਰਿਸਪੌਂਸ ਦਿੱਤਾ ਹੈ ਤੁਹਾਨੂੰ ਟਾਇਰ ਮਿਲਿਆ ਕੰਟਰੋਲ ਰੇਟ ਚ ਮਿਲਿਆ 10-10 ਮਿਲਿਆ ਸਾਨੂੰ ਕਾਲ ਕਰਨ ਦਾ ਕੋਈ ਫਾਇਦਾ ਹੋ ਗਿਆ ਹਾਂ ਦੋਸਤੋ ਟਾਇਰ ਲੱਗ ਦਿੱਤਾ ਸੀ ਉਹਨਾਂ ਦਾ ਟਾਇਰ ਮੇਰੇ ਵਾਲੇ ਪਤਾ ਕਿੰਨਾ 1,76,000 ਦਾ ਸਾਡੇ ਫੋਨ ਕਰਨ ਨਾਲ 10,000 ਬਚ ਗਿਆ ਭਲਾ ਹੋ ਗਿਆ ਤੁਹਾਡਾ ਅੱਜ ਤੁਹਾਡੀ ਸ਼ਾਫਟ ਟੁੱਟੀ ਤੁਹਾਨੂੰ ਆਏ ਆ ਮੌਕੇ ਤੇ ਤੁਹਾਨੂੰ ਸ਼ਾਫਟ ਦਸਤਿਆਬ ਕਰਾ ਦਿੱਤੀ ਹੈ ਦੋਸਤੋ ਸ਼ਾਫਟ ਲੈ ਦਿੱਤੀ ਪੇਮੈਂਟ ਅਸੀਂ ਲੈ ਲਈਏ ਮਗਰੂ ਕਾੜਿਓ ਸ਼ਾਫਟ ਰਹਾ ਦਿੱਤੀ ਇਨਸ਼ਾਅੱਲਾ ਘੰਟੇ ਤੱਕ ਰਾਜੇ ਦੀ ਤੇ ਜਾਇਜ਼ ਰੇਟ ਤੇ ਰਹਾ ਦਿੱਤੀ ਹੈ ਇਹ ਗੱਲ ਨਹੀਂ ਵੀ ਕਿ ਅਸੀਂ ਕੋਈ ਨਜਾਇਜ਼ ਕੀਤੀ ਹੈ ਅਗਰ ਸਾਡੀ ਸ਼ਾਫਟ ਖਰੀਦੀ ਹੋਈ ਜਾਵੇ ਉਸ ਤੋਂ ਬਾਅਦ ਨਹੀਂ ਲੈ ਸਕਦੇ ਸਸਤੀ ਨਹੀਂ ਲੈ ਸਕਦੇ ਪੂਰੇ ਪਾਕਿਸਤਾਨ 'ਚ ਕਿਸੇ ਬੰਦੇ ਕੋਲ ਵੀਡੀਓ ਬਣਾਉਣ ਦਾ ਮਕਸਦ ਹੈ ਅਸੀਂ ਭਲਾ ਕਰ ਰਹੇ ਹਾਂ ਲੋਕਾਂ ਦਾ ਸਿਰਫ ਸਾਡਾ ਚੈਨਲ ਵੇਖ ਕੇ ਸਬਸਕ੍ਰਾਈਬ ਲਾਈਕ ਕਰ ਦਿਓ ਸਾਡੇ ਵਾਸਤੇ ਦੁਆ ਕਰ ਦਿਓ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਤੇ ਜਿਹੜੇ ਮੇਰੇ ਭਰਾ ਕਿਸੇ ਨੇ ਮਸ਼ੀਨ ਆਪਣੀ ਦੀ ਵੀਡੀਓ ਬਣਾਉਣੀ ਹੈ ਸ਼ੌਕ ਵਾਸਤੇ ਤੇ ਮਸ਼ੀਨਾਂ ਦੇ ਸ਼ੌਕ ਕਰਨ ਵਾਸਤੇ ਉਹ ਸਾਡੇ ਨਾਲ ਰਾਬਤਾ ਜ਼ਰੂਰ ਕਰਿਓ ਤੁਹਾਡੇ ਆਲੇ ਦੁਆਲੇ ਫਿਰਦੇ ਪਏ ਆ ਕਿਸੇ ਵੀਡੀਓ ਬਣਵਾਉਣੀ ਹੋਵੇ ਠੀਕ ਹੈ ਕਿਸੇ ਮਸ਼ੀਨ ਦੀ ਵੇਚਣ ਵਾਸਤੇ ਜਾਂ ਸ਼ੌਕੀਆ ਤੌਰ ਤੇ ਰਾਬਤਾ ਜ਼ਰੂਰ ਕਰਿਓ ਆਖਰੀ ਜੁਮਲੇ ਦੇ ਨਾਲ ਵਸਦੇ ਰਹੋ ਸਜਣੋ ਸਾਡੇ ਵਾਸਤੇ ਦੁਆ ਕਰਦੇ ਹੋ ਮਿਹਰਬਾਨੀ ਭਾਈ ਜਾਨ ਮਿਹਰਬਾਨੀ ਬੜੀ